ਅਸਲਾਮ ਅਲੈਕਮ ਜੀ ਸਾਰੇ ਦੋਸਤਾਂ ਨੂੰ ਕੀ ਹਾਲ ਠੀਕ ਹੋ ਸਿਹਤ ਵੀ ਠੀਕ ਹੈ ਅੱਛਾ ਯਾਰ ਮੈਂ ਇੱਕ ਪੇਸ਼ ਚੀਜ਼ ਪਾ ਵੇਂਦਾ ਹਾਂ WhatsApp ਤੇ ਫਿਰ ਸੋਸ਼ਲ ਮੀਡੀਆ ਤੇ ਇੱਕ ਸਾਡੇ ਬਹੁਤ ਵੱਡੇ ਲੀਡਰ ਨੇ ਸਾਡੇ ਪਾਕਿਸਤਾਨ ਦੇ ਉਹ ਅੱਜ ਕੱਲ ਦਵਾਈ ਲੈਣ ਗਏ ਨੇ ਲੰਡਨ ਤੇ ਕਾਫੀ ਦਿਨ ਤੱਕ ਗਏ ਨੇ ਆ ਨਹੀਂ ਰਹੇ अच्छा ओना दे ने दा उमर, उमर दा बच्चा ने जेडी जायदाद बनाई सी एक 16 ਸਾਲ ਦਾ ਉਮਰ ਦਾ ਬੱਚਾ ਸੀ ਇੱਕ 18 ਸਾਲ ਦੀ ਉਮਰ ਦਾ ਬੱਚਾ ਸੀ ਉਹ ਉਮਰ ਚ ਉਹਨਾਂ ਨੇ ਫਲੈਟ ਬਣਾਏ ਹਨ ਲੰਡਨ ਦੇ ਵਿੱਚ ਉਹ ਜਾਇਦਾਦ ਬਣਾਈ ਸੀ ਇੰਨੀ ਉਹ ਜਾਇਦਾਦ ਦਾ ਜਵਾਬ ਦੇ ਉਹਨਾਂ ਦਾ ਵਾਲਦ ਸਾਹਿਬ ਨਹੀਂ ਹੈ। ਔਰ ਅਭੀ ਤੋਂ ਰੁਕੋ ਕਲਾਈਮੈਕਸ ਅਭੀ ਬਾਕੀ ਹੈ। ਉਹਦੇ ਵਾਲਦ ਸਾਹਿਬ ਨੂੰ ਨਹੀਂ ਪਤਾ ਕਿ ਉਹਦੇ ਬੱਚਿਆਂ ਨੇ ਉਹ ਜਾਇਦਾਦ ਕਿੱਥੋਂ ਬਣਾਈ ਸੀ ਤੇ ਕਿਸਰਾ ਬਣਾਈ ਸੀ ਤੇ ਆਪਣੇ ਨਾਂ ਤੇ ਲਵਾਈਏ ਜਾਇਦਾਦ। ਉਹਨਾਂ ਨੂੰ ਨਹੀਂ ਪਤਾ। ਤਨਾਲ ਜਵਾਬ ਦੇ ਨੇ ਇੱਕ ਸਾਡੇ ਪਾਕਿਸਤਾਨ ਦੇ ਬੜੇ ਵੱਡੇ ਜੱਜ ਨੇ ਉਹਨਾਂ ਦੀ بیوی ਦੇ ਸਾਸੇ ਬੜੇ ਨੇ ਉਹ ਆਪਣੀ بیوی ਦੇ ਸਾਸਿਆਂ ਦਾ ਜਵਾਬ ਦੇ ਨਹੀਂ ਹੈ ਜੱਜ ਸਾਹਿਬ ਜੱਜ ਸਾਹਿਬ ਜਵਾਬ ਦੇ ਨਹੀਂ ਹੈ ਉਹ ਭਾਈ ਮਾਰੋ ਮuje ਮਾਰੋ ਮਾਰੋ ਮuje ਮਾਰੋ ਮਾਰੋ ਉਹ ਆਂਦ ਰਹੇ ਮੰਨ ਨਹੀਂ ਪਤਾ ਮੈਂ ਨਹੀਂ ਜਵਾਬ ਦੇ ਹੈ ਸਾਸਿਆਂ ਦਾ ਜਿੰਨੇ ਵੀ ਸਾਸੇ ਨੇ ਜਿੰਨੀ ਵੀ ਜਦਾਦ ਹੈ ਉਹਨਾਂ ਦੀ بیوی ਦੇ ਨਾਂ ਤੇ ਉਹ ਸਾਰੀ ਜਦਾਦ ਦੇ ਉਹ ਜਵਾਬ ਦੇ ਨਹੀਂ ਹੈ ਲੇਕਿਨ ਇਮਰਾਨ ਖਾਨ ਜਿਹੜਾ ਨਾ ਇਮਰਾਨ ਖਾਨ ਜਿਹੜਾ ਸਾਬਕ ਵਜ਼ੀਰ ਆਜ਼ਮ ਨੇ ਉਹ ਆਪਣੀ ਬੀਵੀ ਦੇ ਜਿਹੜੀ ਦੋਸਤ ਹੈ ਨਾ ਉਹਦੇ ਅਸਾਸਿਆਂ ਦੀ ਉਹਦੇ ਜਾਇਦਾਦ ਦੀ ਜਾਇਦਾਦ ਜਿੰਨੀ ਵੀ ਹੈ ਨਾ ਉਹਨਾਂ ਦੇ ਨਾਂ ਤੇ ਉਹਦੀ ਦੋਸਤ ਦੇ ਨਾਂ ਤੇ ਉਹਦਾ ਜਵਾਬ ਦੇ ਇਮਰਾਨ ਖਾਨ ਆਪ ਹੀ ਆਵੇ ਲਾਲ ਹਸਾਬ ਸਾਡਾ ਦੋਰਾ ਨਿਜ਼ਾਮ ਇਥੇ ਤੇ ਮਨਾਫਕਤ ਵੇਖ ਲਓ ਸੱਕੇ ਪੁੱਤਰਾਂ ਦਾ ਜਵਾਬ ਦੇ ਪਿਓ ਨਹੀਂ ਹੈ ਬੀਵੀ ਦਾ ਜਵਾਬ ਦੇ ਬੰਦਾ ਨਹੀਂ ਹੈ ਇਹ ਬੜੀ ਅੱਛੀ ਬਾਤ ਕਹੀ ਆਪਾਂ ਤੇ بیوی ਦੀ ਸਹੇਲੀ ਦੀ ਜਾਇਦਾਦ ਦਾ ਜਵਾਬ ਦੇ Imran ਨਾਮ ਆਵੇ ਮੁਨਾਫਕਤ ਇਹ ਬੇਹਲੋ ਹਿਸਾਬ ਲਾ ਲੋ ਸਾਡੇ ਪਾਕਿਸਤਾਨੀ ਨਿਜ਼ਾਮ ਦਾ ਅੱਲਾ ਯੇ ਹਾਇਰ ਕਰੇ ਬਿਹਤਰੀ ਲਿਆਵੇ ਸਾਡੇ ਨਿਜ਼ਾਮ ਦੇ ਵਿੱਚ ਆਮੀਨ